ਸਾਰਿਆਂ ਨੂੰ ਸਤ ਸ੍ਰੀ ਅਕਾਲ ਜਦੋਂ ਵੀ ਆਪਾਂ ਇਦਾਂ ਡਿਜ਼ਾਈਨ ਵਾਲਾ ਕਮੀਜ਼ ਕੋਈ ਕਟਿੰਗ ਕਰਦੇ ਆ ਤੇ ਉਹ ਜਦੋਂ ਆਪਾਂ ਡਿਜ਼ਾਈਨ ਵਿੱਚ ਘਾਰੋਂ ਕੱਢ ਲੈਂਦੇ ਆ ਤੇ ਜੇਕਰ ਕੋਈ ਇਦਾਂ ਦਾ ਡਿਜ਼ਾਈਨ ਹੋਵੇ ਉਹ ਪਾਸਾਈਡ ਤੋਂ ਵੀ ਕੱਢ ਲੈਂਦੇ ਆ ਤੇ ਹੁਣ ਜਿਵੇਂ ਆ ਗਲੇ ਦੀ ਪੱਟੀ ਸੀਗਾ ਪੱਟੀ ਸੀਗੀ ਤੇ ਇਸ ਕਰਕੇ ਇਹ ਆਪਾਂ ਨੂੰ ਇੱਥੋਂ ਸੈਂਟਰ ਦੇ ਵਿੱਚੋਂ ਹੀ ਕੱਢਣਾ ਪਿਆ ਕਿਉਂਕਿ ਡਿਜ਼ਾਈਨ ਵੀ ਇਦਾਂ ਹੀ ਸੀਗਾ ਇੱਥਾਂ ਇਦਾਂ ਸੈਂਟਰ ਵਿੱਚ ਆਉਂਦਾ ਸੀ ਆਹ ਪੱਲਾ ਤੇ ਹੁਣ ਆਪਾਂ ਇਹ ਸੈਂਟਰ ਚੋਂ ਕੱਢ ਕੇ ਆਹ ਆਲੇ ਦੁਆਲੇ ਇੰਨੇ-ਇੰਨੇ ਕ ਪੱਟੀਆਂ ਹੀ ਬਚੀਆਂ ਨੇ ਇੰਨੀਆਂ ਤੇ ਹੁਣ ਇਹਨਾਂ ਦੀਆਂ ਬਾਹਾਂ ਕਿਦਾਂ ਬਣਾਉਣੀਆਂ ਨੇ ਹੁਣ ਉਹ ਆਪਾਂ ਜੋ ਤੇ ਹੁਣ ਆ ਸਾਈਡਾਂ ਤੋਂ ਬਚੀਆਂ ਹੋਈਆਂ ਦੋ ਪੱਟੀਆਂ ਨੇ ਤੇ ਜੇਕਰ ਆਪਾਂ ਇਹਨਾਂ ਨੂੰ ਦੋਨਾਂ ਨੂੰ ਇਦਾਂ ਜੋੜ પાਕੇ ਵਿਚਕਾਰ ਕੋਈ ਪਾਈਪਿੰਗ ਲਾ ਕੇ ਇਦਾਂ ਜੋੜ ਪਾਉਨੇ ਆ ਤੇ ਇਹਦੇ ਵਿੱਚ ਆਪਾਂ ਵਿਚਕਾਰ ਕੋਈ ਇਦਾਂ ਪੱਟੀ ਵੀ ਨਹੀਂ ਪਾ ਸਕਦੇ ਹੈਗੇ ਵੀ ਆਹ ਚੀਜ਼ ਨੂੰ ਆਪਾਂ ਵਧਾਉਣ ਦੀ ਖਾਤਰ ਇਹ ਇਹਦੇ ਵਿਚਕਾਰ ਪੱਟੀ ਨਹੀਂ ਪਾ ਸਕਦੇ ਕਿਉਂਕਿ ਆਪਾਂ ਨੇ ਹੁਣ ਆ ਪੱਟੀ ਨਾਲ ਪੱਟੀ ਮਲਾਉਣੀ ਹੈ ਇਦਾਂ ਇਦਾਂ ਬਿਲਕੁਲ ਇਦਾਂ ਸੈੱਟ ਰੱਖਣਾ ਮੈਨੂੰ ਇਹਦੇ ਵਿਚਕਾਰ ਦੀ ਵੀ ਆਪਾਂ ਕੋਈ ਪਾਈਪਿੰਗ ਵੀ ਨਹੀਂ ਲਾ ਸਕਦੇ ਹੈਗੇ ਤੇ ਇਸ ਕਰਕੇ ਹੁਣ ਆਪਾਂ ਇਹਨੂੰ ਕਿੱਦਾਂ ਬਣਾਵਾਂਗੇ ਤੇ ਜੇ ਹੁਣ ਆਪਾਂ ਇਦਾਂ ਹੀ ਸੈਂਟਰ ਤੋਂ ਜੋੜ ਕੇ ਬਾਜੂ ਬਣਾਉਨੇ ਆ ਤਾਂ ਫਿਰ ਇਹਦਾ ਮੋਢ ਇਹ 8 ਕੈਂ 8.5 ਇੰਚੀ ਬਚਦਾ ਵਾ ਤੇ ਫਿਰ ਮੋਢਾ ਪੂਰਾ ਨਹੀਂ ਹੋਣਾ ਇੱਥੋਂ ਆਪਾਂ ਜੋੜ ਵੀ ਪਾਵਾਂਗੇ ਤੇ ਇਸ ਕਰਕੇ ਹੁਣ ਹੁਣ نیچے ਉੱਪਰੋਂ ਜੇ ਇੱਥੋਂ ਜੋੜ ਪਾਵਾਂਗੇ ਆਪਾਂ ਆਹ ਪੱਟੀ ਨਾਲ ਪੱਟੀ ਮਿਲਾ ਕੇ ਤੇ نیچے ਵੀ ਜਿਹੜਾ ਆਪਾਂ ਜੋੜ ਖੋਣੇ ਹੁੰਦੇ ਆ ਉਹ ਵਾਲਾ ਪਾਊਗਾ ਜਾਂ ਤਾਂ ਆਪਾਂ ਇਦਾਂ ਬਣਾ ਸਕਦੇ ਆ ਤੇ ਮੈਂ ਜਿਹੜਾ ਹੁਣ ਮੈਂ ਬਣਾ ਰਹੀ ਆ ਉਹ ਵਾਲਾ ਤਰੀਕਾ ਤੁਹਾਨੂੰ ਦੱਸਦੀ ਆ ਤੇ ਹੁਣ ਆਪਾਂ ਨੇ ਆਹ ਇੰਨੀ ਪੱਟੀ ਜਿਹੜੀ ਡਿਜ਼ਾਈਨ ਦੇ ਦੋਨੇ ਬਾਹਾਂ ਦੇ ਚੋਗੀ ਆਪਾਂ ਨੇ ਆਹ ਪੱਟੀ ਕੱਢ ਲਈ ਇਦਾਂ ਇਹਨੂੰ ਆਪਾਂ ਹੁਣ ਇਧਰ ਨੂੰ ਫੋਲਡ ਕਰਕੇ 10.5 ਇੰਚ ਦੀ ਆਪਾਂ ਨੇ ਪੱਟੀ ਇਧਰ ਨੂੰ ਫੋਲ ਅਦੇ ਦੇ ਵਿਚਕਾਰੋਂ ਕੱਢ ਕੇ ਆ ਚੀਜ਼ ਆਪਾਂ ਮੂਰੇ ਰੱਖਾਂਗੇ ਆਹ ਵਾਲੀ ਆਪਾਂ ਪਿੱਛੇ ਰੱਖਾਂਗੇ ਜਿੱਥੋਂ ਕੋ ਬਾਹਾਂ ਜੜਨੀ ਆ ਆ ਇਧਰੋਂ ਪੱਦਾ ਇੰਚ ਇਧਰੋਂ ਸਲਾਈ ਚ ਆਊਗਾ ਆਪਣਾ ਤੇ ਇੱਥੋਂ ਹੁਣ ਆਪਣੀ ਬਾਜੂ ਬਣ ਗਈ 8 ਇੰਚ 8 ਇੰਚ ਆ ਦੇਖੋ 8 ਇੰਚ ਆਪਣੀ ਲੰਬਾਈ ਪੂਰੀ ਤਿਆਰ ਹੋ ਗਈ ਇਹਦੇ ਮੂਰੇ ਜਿਵੇਂ ਆਪਣਾ ਕਮੀਜ਼ ਦੇ ਉੱਤੇ ਬਾਰਡਰ ਆ ਆਹ ਵਾਲਾ ਕਮੀਜ਼ ਦੇ ਉੱਤੇ ਬਾਰਡਰ ਆ ਇਦਾਂ ਹੀ ਆਪਾਂ ਹੁਣ ਇਹਦੇ ਮੂਰੇ ਬਾਜੂ ਦੇ ਮੂਰੇ ਲੈ ਕੇ ਆਵਾਂਗੇ ਆ ਦੋਨੇ ਪੱਟੀਆਂ ਇਦਾਂ ਬਸ ਇਦਾਂ ਬਿਲਕੁਲ ਡਿਜ਼ਾਈਨ ਨਾਲ ਡਿਜ਼ਾਈਨ ਮਿਲਾ ਕੇ ਆਪਾਂ ਇੱਥੋਂ ਪੱਟੀਆਂ ਇੱਥੇ ਤੱਕ ਆਪਾਂ ਨੇ ਤਿਆਰ ਰੱਖਣੀਆਂ ਇੰ ਤੇ ਹੁਣ ਆਪਾਂ ਇਥੋਂ 8 ਇੰਚ ਆਪਣੀ ਆ ਬਾਜੂ ਤਿਆਰ ਆ ਹੁਣ ਆਪਾਂ ਜਿੰਨੀ ਲੰਬਾਈ ਪੂਰੀ ਕਰਨੀ ਆ ਹੁਣ ਆਪਾਂ ਨੇ ਆਹ ਵਾਲੀ ਡਿਜ਼ਾਈਨ ਤੋਂ ਲੈ ਕੇ ਆਪਾਂ ਹੁਣ ਜਿੰਨੀ ਬਾਹ ਬਾਜੂ ਤਿਆਰ ਕਰਨੀ ਆ 8 ਇੰਚ ਆ ਵਿੱਚ ਪਲੱਸ ਕਰਕੇ ਆਪਾਂ 15 ਇੰਚ ਪੂਰੀ ਤਿਆਰ ਬਾਹ ਰੱਖਾਂਗੇ ਤੇ ਹੁਣ ਆਹ ਡਿਜ਼ਾਈਨ ਤੋਂ ਆਪਾਂ ਇਥੋਂ ਫੋਲਡ ਕਰਾਂਗੇ ਇਥੋਂ ਤੇ ਤਿਆਰ ਲਾ ਲੈਣੀ ਆਪਾਂ ਨੇ ਤੇ ਹੁਣ 8 ਦੇ ਵਿੱਚ 7 7 ਪਲੱਸ ਕਰਾਂਗੇ ਤੇ ਆਪਾਂ ਹੁਣ ਇਥੋਂ ਇੰਨਾ ਸਲਾਈ ਦੇ ਵਿੱਚ ਵੀ ਆਊਗਾ ਜੋੜ ਜਿਹੜਾ ਪਾਵਾਂਗੇ 1.5 7 ਤੇ ਆਪਾਂ ਹੁਣ ਪਨੇ ਦੀ ਇਥੋਂ ਇੰਨੀ ਬਾਜੂ ਆਪਾਂ ਨੇ ਮੂਹਰੋਂ ਬਾਰਡਰ ਵਾਲੀ ਲੈ ਲੈਣੀ ਆ ਇਹਨੇ ਬਾਰਡਰ ਦੀ ਹੁਣ ਆਪਾਂ ਇੱਥੋਂ 7.5 ਤੋਂ ਕਟਿੰਗ ਕਰ ਦਾਂਗੇ। ਪਰ ਇੱਥੋਂ ਦੇ ਜਿੰਨੀ ਆਪਾਂ ਨੇ ਬਾਜੂ ਦੀ ਲੰਬਾਈ ਲੈਣੀ ਆ ਉਸ ਦਾ ਆਪਾਂ ਨਿਸ਼ਾਨੀ ਲਗਾਤੀ ਆ ਬੜੀ। ਇੱਥੋਂ ਆਪਾਂ ਇਹਦੀ ਹੁਣ ਕਟਿੰਗ ਕਰ ਦਾਂਗੇ। ਹੁਣ ਆ ਡਿਜ਼ਾਈਨ ਨਾਲ ਡਿਜ਼ਾਈਨ ਮਿਲਾ ਕੇ ਆਪਾਂ ਇਹਦੀ ਇਹਦੇ ਵਿੱਚ ਜੋੜ ਪਾ ਦਾਂਗੇ। ਆਪਾਂ ਡਿਜ਼ਾਈਨ ਨਾਲ ਡਿਜ਼ਾਈਨ ਮਿਲਾ ਕੇ ਆਪਾਂ ਇਹ ਚ ਜੋੜ ਪਾ ਲਿਆ ਤੇ ਹੁਣ ਆਪਾਂ ਇਹਦੇ ਤੇ ਉੱਤੇ ਦੱਬ ਮਸੀਨ ਲਾ ਦਨੇ ਆ। ਆਪਾਂ ਦੱਬ ਮਸੀਨ ਲਾਤੀ ਆ। ਤੇ ਹੁਣ ਆਪਾਂ ਜਿੱਥੋਂ ਡਿਜ਼ਾਈਨ ਨੂੰ ਆਪਾਂ ਮੋੜਨਾ ਆਪਾਂ ਨੇ ਉਤੋਂ ਇਦਾਂ ਰੱਖ ਲੈਣਾ ਜਿੱਥੋਂ ਮੋੜਨਾ ਆਪਾਂ ਨੇ ਇਹ ਦੇ ਕਿਨਾਰੇ-ਕਿਨਾਰੇ ਤੇ ਇੱਥੇ ਵੱਡਾ ਬਫੀਆ ਕਰਕੇ ਵੱਡਾ ਕਰ ਲੈਣਾ ਤੇ ਫਿਰ ਆਪਾਂ ਨੇ ਇੱਥੇ ਉੱਪਰ ਇਹ ਤੇ ਸੀਨ ਲਾ ਦੇਣੀ ਹੈ ਬਾਅਦ ਵਿੱਚ ਤਰਪਾਈ ਕਰਨ ਤੋਂ ਬਾਅਦ ਢੇਡਾਂਗੇ ਉਹ ਵਾਲੀ ਸਵਲਾਈ ਲਾ ਦੇਣੀ ਹੈ ਇਹਦੇ ਤੇ ਇਦਾਂ ਬੜਾ ਡਿਜ਼ਾਈਨ ਪੂਰਾ ਰੱਖ ਕੇ ਤਿਆਰ ਵੱਡੇ ਬਫੀਆ ਨਾਲ ਆਪਾਂ ਸੀਨ ਲਾਤੀ ਆ ਤੇ ਇਹਦੇ ਅੰਦਰ ਪਾਈ ਤਾਂ ਮੋੜ ਕੇ ਤਪਾਈ ਕਰ ਦਾਂਗੇ ਆਹ ਜਿਹੜੀ ਬਾਜੂ ਦਾ ਪਿਛਲਾ 파ਟ ਆ ਇਹਨੂੰ ਆਪਾਂ ਨੇ ਇਦਾਂ ਕਰਕੇ ਇਹਨੂੰ ਫੋਲਡ ਕਰਕੇ ਸੈਂਟਰ ਤੇ ਨਿਸ਼ਾਨੀ ਲਾ ਲੈਣੀ ਹੈ ਤੇ ਸੈਂਟਰ 'ਚ ਇਦਾਂ ਫੋਲਡ ਕਰਕੇ ਆਪਾਂ ਨੇ ਸੈਂਟਰ 'ਚ ਇਹ ਨਿਸ਼ਾਨੀ ਲਗਾ ਲਈ ਹੈ ਤੇ ਹੁਣ ਆਪਾਂ ਇਹ ਦੂਜੀ ਮੂਹਰੇ ਜੋੜਾਂਗੇ ਆ ਬਾਜੂ ਦੇ ਜਿਹੜਾ ਪਾਸਾ ਸੈਂਟਰ ਦੇ ਵਿੱਚ ਨਿਸ਼ਾਨੀ ਲਾਈ ਆ ਹੁਣ ਆਪਾਂ ਨੇ ਜਿਹੜੀ ਆ ਇਹਦੇ ਸੈਂਟਰ ਦੇ ਵਿੱਚ ਸੀਨ ਲੱਗੀ ਹੋਈ ਆ ਹੁਣ ਆਪਾਂ ਨੇ ਆਹ ਸੀਨ ਆ ਜਿਹੜੀ ਇਹ ਇਹਦੇ ਸੈਂਟਰ ਦੇ ਇੱਥੇ ਧਰ ਕੇ ਆਹ ਬਾਰਡਰ ਵਾਲੀ ਸਾਈਡ ਮੂਹਰੇ ਰੱਖ ਲੈਣੀ ਆ ਇਦਾਂ ਮੂਹਰੇ ਕਰ ਲੈਣੀ ਆ ਇਹਦੀ ਪਿਛਲੀ ਸਾਈਡ ਪੰਨ ਜੋੜਨੀ ਆ ਆਹ ਵਾਲੀ ਸੀਨ ਦੇ ਨਾਲ ਆਹ ਵਾਲੇ ਨਿਸ਼ਾਨ ਦੇ ਉੱਤੇ ਰੱਖ ਕੇ ਆਪਾਂ ਨੇ ਹੁਣ ਇੱਥੋਂ ਤੇ ਲੈ ਕੇ ਇਹਦਾ ਜੋੜ ਪਾ ਦੇਣਾ ਇਦਾਂ ਸੈਂਟਰ 'ਚ ਰੱਖ ਕੇ ਇੱਥੋਂ ਤੇ ਆਪਾਂ ਜੋ ਇੱਥੇ ਤੱਕ ਚਲੀ ਗਏ ਇੱਥੋਂ ਤੇ ਇਦਾਂ ਹੀ ਸੀਨ ਲਾ ਦੇਣੀ ਇੱਥੋਂ ਤੇ ਸਟਾਰਟ ਕਰਾਂਗੇ ਕਿਉਂਕਿ ਇਹਦੇ ਸੈਂਟਰ ਇਹ ਕਪੜਾ ਘੱਟਾ ਮੂਰੋ ਆ ਆਪਾਂ ਨੇ ਆਪਦਾ ਪੂਰਾ ਮੋਢਾ 1.5 ਇੰਚ ਆਪਾਂ ਕਪੜਾ ਦਾ ਪੂਰਾ ਕਰਕੇ ਰੱਖਿਆ ਹੈ ਆ ਮੂਰੋ ਕਪੜਾ ਘੱਟ ਸੀਗਾ ਤੇ ਹੁਣ ਆਪਾਂ ਇਹਨੂੰ ਸੈਂਟਰ ਚ ਰੱਖ ਕੇ ਇਦਾਂ ਇਹਦਾ ਜੋੜ ਪਾ ਦੇਣਾ ਇਦਾਂ ਇਸ ਜੋੜ ਪਾ ਕੇ ਤੇ ਇਹਦੇ ਉੱਪਰ ਵੀ ਆਪਾਂ ਮੀਸੀਨ ਲਾ ਦੇਣੀ ਆ ਤੇ ਆ ਬਾਟਰ ਮੂਰੇ ਆ ਜਾਊਗਾ ਤੇ ਆਪਣੀ ਇੱਥੋਂ ਤੇ ਲੈ ਕੇ ਆਪਣੀ ਪੂਰੀ ਲੰਬਾਈ ਬਾਜੂ ਦੀ ਤਿਆਰ ਹੋ ਗਈ ਆ ਫਿਰ ਤਾਂ ਜੋੜ ਪਾ ਕੇ ਇਹਨੂੰ ਆਪਾਂ ਨੇ ਪੁੱਠੀ ਕਰਕੇ ਬਾਜੂ ਨੂੰ ਇਦਾਂ ਰੱਖ ਲਿਆ ਤੇ ਆਪਾਂ ਨੇ ਇਹਦੇ ਸੈਂਟਰ ਦੇ ਵਿੱਚ ਇੱਥੇ ਕੱਟ ਲਾ ਦੇਣਾ ਬਿਲਕੁਲ ਫੋਲਡ ਕਰਕੇ ਰੱਖ ਲੈਣਾ ਇਹਨੂੰ ਕਪੜੇ ਨੂੰ ਤੇ ਇਦਾਂ ਆਪਣਾ ਮੂਹਰੀ ਸਾਈਡ ਹੋ ਗਈ ਤੇ ਹੁਣ ਇੱਥੋਂ ਆਪਾਂ ਨੇ ਪਹਿਲਾਂ ਬਦੀ ਬਾਜੂ ਦੀ ਜਿਹੜੀ ਮੂਹਰੇ ਮੂਰੀ ਤਿਆਰ ਆ ਉਹ ਵਾਲੀ ਦੀ ਨਿਸ਼ਾਨੀ ਲਾ ਲੈਣੀ ਆ ਆਹ ਆਪਾਂ ਹੁਣ ਤਿਆਰ ਬਾਜੂ ਦੀ ਲਾ ਲਈਏ ਇੱਥੋਂ ਆਪਾਂ ਇਹਨਾਂ ਸਲਾਈ ਦੇ ਅੰਦਰ ਰੱਖਾਂਗੇ ਇਹ ਆ ਵਾਲੀ ਸਲਾਈ ਵਾਲੀ ਹੋਗੀ ਆਹ ਵਾਲੀ ਕਟਿੰਗ ਵਾਲੀ ਹੋਗੀ ਆਹ ਵਾਲੀ ਸਲਾਈ ਵਾਲੀ ਲਾ ਲਈ ਆਪਾਂ ਨੇ ਹੁਣ ਆਪਾਂ ਨੇ ਇੱਥੋਂ 3.5 ਦੀ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਇਹ ਤੁਹਾਨੂੰ 3.5 ਦੇ ਉੱਤੇ ਨਿਸ਼ਾਨੀ ਲਗਾ ਕੇ ਇਦਾਂ ਇਧਰੋਂ ਪਿੱਛੋਂ ਤੇ 3.5 ਦੀ ਆਪਾਂ ਨੇ ਇੱਥੋਂ ਉੱਪਰੋਂ ਲਵਾ ਲੈਣੀ ਆ 3.5 ਦੇ ਉੱਪਰੋਂ ਲਗਾ ਕੇ ਹੁਣ ਆਪਾਂ ਨੇ ਇੱਥੋਂ ਰੱਖ ਕੇ ਸਿੱਧਾ ਇੰਚੀ ਤੇ ਬਰਾਕੇ ਸਿੱਧੀ ਨਿਸ਼ਾਨੀ ਲਾ ਦੇਣੀ ਆ ਇੱਦਾਂ ਇੱਥੋਂ ਸਾਢੇ 3 ਦੀ ਨਿਸ਼ਾਨੀ ਲਗਾ ਕੇ ਇੱਥੋਂ ਵੀ ਸਾਢੇ 3 ਦੀ ਨਿਸ਼ਾਨੀ ਲਗਾ ਕੇ ਪੰਨੇ ਆਹ ਵਾਲੀ ਸਿੱਧਾ ਇੰਚੀ ਤੇ ਬਦਨਾ ਨਿਸ਼ਾਨੀ ਲਾਤੀ ਇੱਥੋਂ ਪਾ ਥੋੜੀ ਜਿਹੀ ਗੁਲਾਈ ਜੀ ਪਾ ਦੇਣੀ ਆ ਇੱਦਾਂ ਕਰਕੇ ਇੱਕ ਗੁਲਾਈ ਪਾ ਦੇਣੀ ਆ ਤੇ ਹੁਣ ਆਪਣ ਜਿਹੜੀ ਆਹ ਵਾਲੀ ਸਲਾਈ ਵਾਲੀ ਬਾਹਰ ਕਟਿੰਗ ਵਾਲੀ ਰੱਖੀ ਹੋਈ ਹੈ ਇਹਦੇ ਤੋਂ ਪਾ ਮਿਲਾ ਕੇ ਇਹਦੇ ਤੱਕ ਮਿਲਾ ਦੇਣੀ ਆ ਨਿਸ਼ਾਨੀ ਇੱਥੋਂ ਰੱਖ ਕੇ ਪਾ ਨੇ ਇਹਦੇ ਨਾਲ ਮਿਲਾਤੀ ਆ ਤੇ ਹੁਣ ਆਪਣੀ ਆਹ ਵਾਲਾ ਇੱਥੋਂ ਰੱਖ ਕੇ ਇੱਦਾਂ ਰੱਖ ਕੇ ਪੂਰਾ ਇੱਦਾਂ ਮਣ ਕੇ 9.5 ਦੇ ਉੱਤੇ ਪਾ ਮਾ ਦਾ ਇੱਥੇ ਜਿੱਥੇ ਆਪਣਾ ਮੋੜ ਆਊਗਾ 9.5 ਦੇ ਉੱਤੇ ਉਪਰੋਂ ਚੰਗੀ ਤਰ੍ਹਾਂ ਮੈਨ ਲੈਣਾ 9.5 ਤੇ ਲਗਾ ਕੇ ਇਹ ਆਪਣੀ ਫਿਟਿੰਗ ਦੀ ਨਿਸ਼ਾਨੀ ਹੋ ਜਾਣੀ ਆ ਆ ਹੁਣ 9.5 ਤੇ ਆਪਾਂ ਬਲੀ ਫਿਟਿੰਗ ਦੀ ਨਿਸ਼ਾਨੀ ਲਗਾਤੀ ਆਪਾਂ ਹੁਣ ਇੱਥੋਂ ਕਟਿੰਗ ਇਹਦੀ ਕਟਿੰਗ ਕਰ ਦੇਣੀ ਆ ਤੇ ਨਾਲੇ ਭਾਈ ਦੀ ਕਟਿੰਗ ਕਰਦੇ ਆ ਤੋਂ ਵੀ ਕਟਿੰਗ ਕਰਤੀ ਆ ਆ ਫਿਟਿੰਗ ਦੀ ਨਿਸ਼ਾਨੀ ਤੇ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਆਹ ਵਾਲਾ ਇੱਥੋਂ ਲੈ ਕੇ ਭਾਈ ਦੀ ਵੀ ਕਟਿੰਗ ਕਰਤੀ ਆ ਤੇ ਆਪਾਂ ਹੁਣ ਇਹਨੂੰ ਸਿੱਧੀ ਕਰਕੇ ਇਹਦੀ ਫਰੰਟ ਦੀ ਕਾਟ ਪਾਉਨੇ ਆ ਆਪਾਂ ਨੇ ਫਿਟਿੰਗ ਦੀ ਸੀਨ ਲਾ ਲਈ ਆਪਾਂ ਹੁਣ ਸਿੱਧੀ ਕਰਕੇ ਫਰੰਟ ਦੀ ਕਾਟ ਪਾਵਾਂਗੇ ਆ ਦੇਖੋ ਸਿੱਧੀ ਕਰਕੇ ਮੂਰੇ ਬਾਰਡਰ ਜਿਹੜਾ ਕਮੀਜ਼ ਤੇ ਆਉਂਦਾ ਉਹੀ ਆਪਣਾ ਉਰੇ ਮੂਰੇ ਬਾਂਦੀ ਮੂਰੇ ਮੂਰੀ ਤੇ ਆ ਗਿਆ ਤੇ ਆ ਹੁਣ ਆਪਾਂ ਇਦਾਂ ਦੋਨੇ ਬਾਹਾਂ ਇਦਾਂ ਰੱਖ ਲੈਣੀਆਂ ਨੇ ਆ ਦੋਨੇ ਬਾਹਾਂ ਇਦਾਂ ਰੱਖ ਲੈਣੀਆਂ ਨੇ ਤੇ ਇਹਦੇ 'ਚ ਹੁਣ ਆਪਾਂ ਨੇ ਇੱਥੋਂ ਮੂਰੇ ਪੌਣੇ 1 ਦੀ ਫਰੰਟ ਦੀ ਕਾਟ ਪਾ ਦੇਣੀ ਹੈ ਹੁਣ ਇੱਥੋਂ ਪੌਣੇ 1 ਦੀ ਆਪਾਂ ਨੇ ਤੇ ਨਿਸ਼ਾਨੀ ਲਾ ਲੈਣੀ ਹੈ ਸੈਂਟਰ 'ਚ ਇੱਥੋਂ ਤੇ ਆ ਇੱਥੋਂ ਇਹਦੇ ਸੈਂਟਰ ਦੇ ਵਿੱਚ ਆਪਾਂ ਨੇ ਪੌਣੇ 1 ਦੀ ਨਿਸ਼ਾਨੀ ਲਿਖਾ ਕੇ ਇੱਥੋਂ ਇਧਰ ਮਿਲਾ ਦੇਣਾ ਆਪਾਂ ਨਾਲ ਇੱਥੋਂ ਆਪਾਂ ਨੇ ਐਸ ਰੂਟ ਕਰਕੇ ਇਧਰ ਮਿਲਾ ਦੇਣੀ ਹੈ ਇਦਾਂ ਇਥੋਂ ਇਹਦਾ ਨਮ ਲਾਤਾ ਇਥੋਂ ਤਾਂ ਨਹੀਂ ਇਦਾਂ ਮਲਾਤਾ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਦਾਂ ਆਪਾਂ ਹੁਣ ਫਰੰਟ ਲਈ ਕਾਟਾਂ ਪਾਤੀਆਂ ਨੇ ਤੇ ਆਹ ਹੁਣ ਆਪਣਾ ਬਾਜੂ ਦਾ ਡਿਜ਼ਾਈਨ ਬਣ ਗਿਆ ਬਿਲਕੁਲ ਵੀ ਕਿਸੇ ਪਾਸੇ ਉਹ ਬਣ ਨਹੀਂ ਰਹੀ ਸੀ ਕਿ نیچے ਜੋੜ ਕਾਫੀ ਈ ਸਾਰਾ ਜੋੜ ਪੈਣਾ ਸੀ ਆਪਾਂ ਨੇ ਹੁਣ ਆਹ ਡਿਜ਼ਾਈਨ ਬਣਾ ਲਿਆ ਤੇ ਇਹ ਕਿੱਦਾਂ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਕਰਦਿਆ ਕਰੋ ਹਾਂਜੀ ਧੰਨਵਾਦੀ